ਅੱਜ ਦੇਸ਼ ਦੇ ਅੰਦਰ ਲੋਕਤੰਤਰ ਨੂੰ ਖਤਰਾ ਆ, ਲੋਕਤੰਤਰ ਦੀ ਮਰਿਆਦਾ ਨੂੰ, ਪਰੰਪਰਾਵਾਂ ਨੂੰ ਖਤਰਾ ਆ, ਦੇਸ਼ ਦੇ ਗਰੀਬਾਂ ਨੂੰ ਖਤਰਾ ਆ। ਤਾਂ ਉਹਦੇ ਵਾਸਤੇ ਸਾਨੂੰ ਸਭ ਨੂੰ ਪੰਜਾਬ 'ਚੋਂ, ਕਿਉਂਕਿ ਪੰਜਾਬ ਹਮੇਸ਼ਾ ਅਗਵਾਈ ਕਰਦਾ ਰਿਹਾ ਇਹੋ ਜਿਹੀਆਂ ਲਹਿਰਾਂ ਦਾ, ਅਤੇ ਆਪਾਂ ਅਗਵਾਈ ਕਰੀਏ ਪੰਜਾਬ 'ਚ, ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ 13 ਸੀਟਾਂ ਜਿਤਾਈਏ, ਤਾਂ ਕਿ ਇਕੱਲੇ 13 ਪੰਜਾਬੀ ਉਮੀਦਵਾਰ ਤੁਹਾਡੇ ਐਮ ਪੀ ਜਾ ਕੇ, ਉੱਥੇ 13 ਨਹੀਂ ਅਸੀਂ 100 ਐਮ ਪੀ ਵਰਗੀ ਲੜਾਈ ਨਰਿੰਦਰ ਮੋਦੀ ਨੂੰ ਦੇਵਾਂਗੇ, ਦੇਸ਼ ਦੀਆਂ ਉਹਨੀਆਂ ਸੰਪਰਦਾਇਕ ਤਾਕਤਾਂ ਨੂੰ ਦੇਵਾਂਗੇ। ਅੱਜ ਦੇਸ਼ ਦੇ ਅੰਦਰ ਲੋਕਤੰਤਰ ਨੂੰ ਖਤਰਾ ਆ, ਲੋਕਤੰਤਰ ਦੀ ਮਰਿਆਦਾ ਨੂੰ, ਪਰੰਪਰਾਵਾਂ ਨੂੰ ਖਤਰਾ ਆ, ਦੇਸ਼ ਦੇ ਗਰੀਬਾਂ ਨੂੰ ਖਤਰਾ ਆ। ਤਾਂ ਉਹਦੇ ਵਾਸਤੇ ਸਾਨੂੰ ਸਭ ਨੂੰ ਪੰਜਾਬ 'ਚੋਂ, ਕਿਉਂਕਿ ਪੰਜਾਬ ਹਮੇਸ਼ਾ ਅਗਵਾਈ ਕਰਦਾ ਰਿਹਾ ਇਹੋ ਜਿਹੀਆਂ ਲਹਿਰਾਂ ਦਾ, ਅਤੇ ਆਪਾਂ ਅਗਵਾਈ ਕਰੀਏ ਪੰਜਾਬ 'ਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ 13 ਸੀਟਾਂ ਜਿਤਾਈਏ, ਤਾਂ ਕਿ ਇਕੱਲੇ 13 ਪੰਜਾਬੀ ਉਮੀਦਵਾਰ ਤੁਹਾਡੇ ਐਮ ਪੀ ਜਾ ਕੇ, ਉੱਥੇ 13 ਨਹੀਂ ਅਸੀਂ 100 ਐਮ ਪੀ ਵਰਗੀ ਲੜਾਈ ਨਰਿੰਦਰ ਮੋਦੀ ਨੂੰ ਦੇਵਾਂਗੇ, ਦੇਸ਼ ਦੀਆਂ ਉਹਨੀਆਂ ਸੰਪਰਦਾਇਕ ਤਾਕਤਾਂ ਨੂੰ ਦੇਵਾਂਗੇ। ਅੱਜ ਦੇਸ਼ ਦੇ ਅੰਦਰ ਲੋਕਤੰਤਰ ਨੂੰ ਖਤਰਾ ਆ, ਲੋਕਤੰਤਰ ਦੀ ਮਰਿਆਦਾ ਨੂੰ, ਪਰੰਪਰਾਵਾਂ ਨੂੰ ਖਤਰਾ ਆ, ਦੇਸ਼ ਦੇ ਗਰੀਬਾਂ ਨੂੰ ਖਤਰਾ ਆ। ਤਾਂ ਉਹਦੇ ਵਾਸਤੇ ਸਾਨੂੰ ਸਭ ਨੂੰ ਪੰਜਾਬ 'ਚੋਂ, ਕਿਉਂਕਿ ਪੰਜਾਬ ਹਮੇਸ਼ਾ ਅਗਵਾਈ ਕਰਦਾ ਰਿਹਾ ਇਹੋ ਜਿਹੀਆਂ ਲਹਿਰਾਂ ਦਾ, ਅਤੇ ਆਪਾਂ ਅਗਵਾਈ ਕਰੀਏ ਪੰਜਾਬ 'ਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ 13 ਸੀਟਾਂ ਜਿਤਾਈਏ, ਤਾਂ ਕਿ ਇਕੱਲੇ 13 ਪੰਜਾਬੀ ਉਮੀਦਵਾਰ ਤੁਹਾਡੇ ਐਮ ਪੀ ਜਾ ਕੇ, ਉੱਥੇ 13 ਨਹੀਂ ਅਸੀਂ 100 ਐਮ ਪੀ ਵਰਗੀ ਲੜਾਈ ਨਰਿੰਦਰ ਮੋਦੀ ਨੂੰ ਦੇਵਾਂਗੇ, ਦੇਸ਼ ਦੀਆਂ ਉਹਨੀਆਂ ਸੰਪਰਦਾਇਕ ਤਾਕਤਾਂ ਨੂੰ ਦੇਵਾਂਗੇ। ਅੱਜ ਦੇਸ਼ ਦੇ ਅੰਦਰ ਲੋਕਤੰਤਰ ਨੂੰ ਖਤਰਾ ਆ, ਲੋਕਤੰਤਰ ਦੀ ਮਰਿਆਦਾ ਨੂੰ, ਪਰੰਪਰਾਵਾਂ ਨੂੰ ਖਤਰਾ ਆ, ਦੇਸ਼ ਦੇ ਗਰੀਬਾਂ ਨੂੰ ਖਤਰਾ ਆ। ਤਾਂ ਉਹਦੇ ਵਾਸਤੇ ਸਾਨੂੰ ਸਭ ਨੂੰ ਪੰਜਾਬ 'ਚੋਂ, ਕਿਉਂਕਿ ਪੰਜਾਬ ਹਮੇਸ਼ਾ ਅਗਵਾਈ ਕਰਦਾ ਰਿਹਾ ਇਹੋ ਜਿਹੀਆਂ ਲਹਿਰਾਂ ਦਾ, ਅਤੇ ਆਪਾਂ ਅਗਵਾਈ ਕਰੀਏ ਪੰਜਾਬ 'ਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ 13 ਸੀਟਾਂ ਜਿਤਾਈਏ, ਤਾਂ ਕਿ ਇਕੱਲੇ 13 ਪੰਜਾਬੀ ਉਮੀਦਵਾਰ ਤੁਹਾਡੇ ਐਮ ਪੀ ਜਾ ਕੇ, ਉੱਥੇ 13 ਨਹੀਂ ਅਸੀਂ 100 ਐਮ ਪੀ ਵਰਗੀ ਲੜਾਈ ਨਰਿੰਦਰ ਮੋਦੀ ਨੂੰ ਦੇਵਾਂਗੇ, ਦੇਸ਼ ਦੀਆਂ ਉਹਨੀਆਂ ਸੰਪਰਦਾਇਕ ਤਾਕਤਾਂ ਨੂੰ ਦੇਵਾਂਗੇ। ਅੱਜ ਦੇਸ਼ ਦੇ ਅੰਦਰ ਲੋਕਤੰਤਰ ਨੂੰ ਖਤਰਾ ਆ, ਲੋਕਤੰਤਰ ਦੀ ਮਰਿਆਦਾ ਨੂੰ, ਪਰੰਪਰਾਵਾਂ ਨੂੰ ਖਤਰਾ ਆ, ਦੇਸ਼ ਦੇ ਗਰੀਬਾਂ ਨੂੰ ਖਤਰਾ ਆ। ਤਾਂ ਉਹਦੇ ਵਾਸਤੇ ਸਾਨੂੰ ਸਭ ਨੂੰ ਪੰਜਾਬ 'ਚੋਂ, ਕਿਉਂਕਿ ਪੰਜਾਬ ਹਮੇਸ਼ਾ ਅਗਵਾਈ ਕਰਦਾ ਰਿਹਾ ਇਹੋ ਜਿਹੀਆਂ ਲਹਿਰਾਂ ਦਾ, ਅਤੇ ਆਪਾਂ ਅਗਵਾਈ ਕਰੀਏ ਪੰਜਾਬ 'ਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ 13 ਸੀਟਾਂ ਜਿਤਾਈਏ, ਤਾਂ ਕਿ ਇਕੱਲੇ 13 ਪੰਜਾਬੀ ਉਮੀਦਵਾਰ ਤੁਹਾਡੇ ਐਮ ਪੀ ਜਾ ਕੇ, ਉੱਥੇ 13 ਨਹੀਂ ਅਸੀਂ 100 ਐਮ ਪੀ ਵਰਗੀ ਲੜਾਈ ਨਰਿੰਦਰ ਮੋਦੀ ਨੂੰ ਦੇਵਾਂਗੇ, ਦੇਸ਼ ਦੀਆਂ ਉਹਨੀਆਂ ਸੰਪਰਦਾਇਕ ਤਾਕਤਾਂ ਨੂੰ ਦੇਵਾਂਗੇ।